ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਮੈਂ ਉਹ ਡਾਕਟਰ ਬਰਿੰਦਰ ਸਿੰਘ ਪੋਲਰ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਉਹ ਇੱਕ ਵਾਰ ਫੇਰ ਜਿਹੜੀ ਪਿਛਲੀ ਵਿਚਾਰ ਚਰਚਾ ਅਸੀਂ ਸ਼ੁਰੂ ਕੀਤੀ ਸੀ ਉਸ ਨੂੰ ਅੱਗੇ ਵਧਾਉਂਦੇ ਹੋਏ ਚਾਰ ਅਜਈਆਂ ਹੋਰ ਰੈਮਡੀਜ਼ ਚਾਰ ਅਜਈਆਂ ਹੋਰ ਦਵਾਈਆਂ ਦੀ ਜਾਣਕਾਰੀ ਜਿਹੜੀਆਂ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਜੇਕਰ ਉਸ ਨਾਲ ਰਿਲੇਟਿਡ ਸਮੱਸਿਆ ਕਿਤੇ ਆਉਂਦੀ ਹੈ ਤਾਂ ਤੁਸੀਂ ਆਪਣਾ ਇਲਾਜ ਖੁਦ ਕਰ ਸਕਦੇ ਹੋ ਅਜਈਆਂ ਦਵਾਈਆਂ ਜਿਹੜੀਆਂ ਕਿ ਤੁਹਾਨੂੰ ਬਹੁਤ ਸਾਰੀਆਂ ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੀਆਂ ਨੇ ਜਿਹੜੀਆਂ ਦਵਾਈਆਂ ਜਿਹੜੀ ਸਮੱਸਿਆ ਆਉਣ ਤੋਂ ਬਾਅਦ ਆਪਰੇਸ਼ਨ ਕਰਾਉਣੇ ਪੈਂਦੇ ਨੇ ਲੰਮਾ ਸਮਾਂ ਜਿਹੜਾ ਉਹ ਦੁੱਖ ਸਹਣਾ ਪੈਂਦਾ ਸਾਨੂੰ ਅ ਕਿਦਾਂ ਉਹ ਦਵਾਈਆਂ ਲੈਣੀਆਂ ਨੇ ਕੀ ਕੀ ਦਵਾਈਆਂ ਨੇ ਦਵਾਈਆਂ ਦੇ ਵਿੱਚ ਕੀ ਹੈਗਾ ਕਿਦਾਂ ਲੈਣੀਆਂ ਹੈਗੀਆਂ ਨੇ ਕਿਹੜੇ ਲੈ ਸਕਦੇ ਨੇ ਕਿਹੜੇ ਨਹੀਂ ਲੈ ਸਕਦੇ ਕਿਹੜੇ ਕਿਹੜੇ ਰੋਗਾਂ ਦੇ ਉੱਤੇ ਉਹ ਕੰਮ ਕਰਦੀਆਂ ਨੇ ਆਪਾਂ ਡਾਕਟਰ ਪ੍ਰੇਮਦਰ ਸਿੰਘ ਪੁੱਲਰ ਹੋਂਣ ਤੋਂ ਜਾਣਦੇ ਹਾਂ ਡਾਕਟਰ ਸਾਹਿਬ ਤੁਹਾਡਾ ਨਿਊ ਜੀਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਨਿਊ ਜੀਸ਼ੀਆ ਪੰਜਾਬੀ ਆ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਡਾਕਟਰ ਸਾਹਿਬ ਪਿਛਲੀ ਵਾਰੀ ਚਾਰ ਰੈਮਡੀਜ਼ ਦੇ ਉੱਤੇ ਆਪਾਂ ਨੇ ਚਰਚਾ ਕੀਤੀ ਸੀ ਇਲੈਕਟ੍ਰੋ ਰੈਮਡੀਜ਼ ਦੇ ਉੱਤੇ ਇਲੈਕਟ੍ਰੋਪੈਥੀ ਦੀਆਂ ਦਵਾਈਆਂ ਨੇ ਉਹ ਅੱਜ ਕੀ ਆਪਾਂ ਚਾਰ ਦਵਾਈਆਂ ਇਲੈਕਟ੍ਰੋ ਰੈਮਡੀਜ਼ ਦੇ ਉੱਤੇ ਆਪਾਂ ਫੇਰ ਚਰਚਾ ਕਰਨ ਜਾ ਰਹੇ ਹਾਂ ਨਾਮ ਹੈਗਾ ਗੋਲ ਕਲੀਅਰ ਨਾਮ ਹੈਗਾ ਇਲੈਕਟ੍ਰੋ ਕੰਠ ਕੇਅਰ ਨਾਮ ਹੈਗਾ ਪਾਈਲ ਸਕਰ ਤੇ ਨਾਮ ਹੈਗਾ ਇਲੈਕਟ੍ਰੋ ਕੈਂਸਰ ਕੈਂਸਰ ਕੇਅਰ ਯਾਨੀ ਕਿ ਇਹਨਾਂ ਦੇ ਨਾਮ ਹੀ ਆਪਣੇ ਆਪ ਚ ਦੱਸ ਰਹੇ ਨੇ ਵੀ ਇਹ ਗੋਲ ਬਲੈਡਰ ਸੰਬੰਧ ਚ ਆ ਇਹ ਕੰਠ ਯਾਨੀ ਕਿ ਗਲੇ ਨਾਲ ਸੰਬੰਧ ਚ ਸੰਬੰਧ ਰੱਖਦਾ ਇਹ ਪਾਈਲਸ ਯਾਨੀ ਕਿ ਜਿਹੜੀ ਬਾਵਾਸੀਰ ਨਾਲ ਸੰਬੰਧ ਰੱਖਦਾ ਤੇ ਇਹ ਇਲੈਕਟ੍ਰੋ ਕੈਂਸਰੋ ਕੇਅਰ ਯਾਨੀ ਕੈਂਸਰ ਨੂੰ ਜਿਹੜਾ ਰੋਗ ਨੂੰ ਠੀਕ ਕਰਦਾ ਬਟ ਬਹੁਤ ਪਿਛਲੀ ਵਾਰ ਵੀ ਤੁਸੀ ਇਹ ਦੱਸਿਆ ਸੀਗਾ ਵੀ ਇਹ ਜਿਹੜਾ ਨਾਮ ਹੈਗਾ ਕੱਲਾ ਉਸੇ ਤੇ ਕੰਮ ਨਹੀਂ ਕਰਦਾ ਇਹਦੇ ਪਿੱਛੇ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨੂੰ ਵੀ ਠੀਕ ਕਰਦਾ ਹੈਗਾ ਇੱਕ ਇੱਕ ਕਰਕੇ ਥੋੜੀ ਜਾਣਕਾਰੀ ਦੇਵਾਂਗੇ ਆਪਾਂ ਜੇ ਗੌਰਤੋਸ਼ ਸ਼ੁਰੂ ਕਰ ਲਈਏ ਜੀ ਮੈਂ ਆਪਾਂ ਸਾਰਿਆਂ ਦੀ ਡਿਟੇਲਸ ਜਾਵਾਂਗੇ ਇੱਕ ਚੀਜ਼ ਮੈਂ ਰਿਕਵੈਸਟ ਜ਼ਰੂਰ ਕਰਨਾ ਚਾਹਾਂਗਾ ਦਰਸ਼ਕਾਂ ਨੂੰ ਕਿ ਇਹ ਜਿੰਨੀਆਂ ਵੀ ਆਪਾਂ ਲਾਸਟ ਵੀ ਕੁਝ ਵੀਡੀਓ ਬਣਾਈਆਂ ਅੱਜ ਵੀ ਬਣਾ ਰਹੇ ਬਣਾਉਣ ਦੇ ਪਿੱਛੇ ਪਰਪਸ ਇਹੀ ਹੈਗਾ ਬਹੁਤ ਸਾਰੇ ਪੇਸ਼ੈਂਟ ਕਈ ਵਾਰੀ ਉਹਨਾਂ ਦੇ ਐਕਿਊਟ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਨੂੰ ਵੀ ਅਪਾਇੰਟਮੈਂਟ ਲੈਣੀ ਪੈਂਦੀ ਆ ਔਰ ਚਾਰ-ਚਾਰ ਘੰਟੇ ਵੇਟ 'ਚ ਰਹਿਣਾ ਪੈਂਦਾ ਔਰ ਜਿਹੜੀ ਚੀਜ਼ ਕਿਤੇ ਨਾ ਕਿਤੇ ਉਹਨਾਂ ਨੂੰ ਤਾਂ ਫੀਲ ਹੁੰਦੀ ਆ ਸਾਨੂੰ ਵੀ ਫੀਲ ਹੁੰਦੀ ਆ ਔਰ ਕਿਉਂਕਿ ਹੁਣ ਬਹੁਤ ਸਾਰੇ ਪੇਸ਼ੈਂਟ ਸਾਡੇ ਸਟੂਡੈਂਟ ਵੀ ਬਣ ਗਏ ਨੇ ਉਹ ਪੜ ਵੀ ਰਹੇ ਨੇ ਤਾਂ ਉਹਨਾਂ ਦੇ ਕੋਲ ਉਹ ਬੇਸਿਕ ਗਿਆਨ ਬਹੁਤ ਹੈ ਸਟੂਡੈਂਟ ਕੋਲ ਆ ਵੀ ਗਿਆ ਹੈਗਾ ਤਾਂ ਮੀਨਸ ਤੁਹਾਨੂੰ ਸਾਰਿਆਂ ਨੂੰ ਹੀ ਅਪਾਇੰਟਮੈਂਟਸ ਨਾਲ ਲੈਣੀ ਪਵੇ ਸਾਰਿਆਂ ਨੂੰ ਹੀ ਇਹਨਾਂ ਲਾਈਨਾਂ 'ਚ ਨਾ ਲੱਗਣਾ ਪਵੇ ਤੁਸੀਂ ਜਿਹੜੇ ਕਿਉਂਕਿ 30 ਦਿਨ ਸਾਡੇ ਸਾਰੇ ਸੈਂਟਰ ਓਪਨ ਰਹਿੰਦੇ ਨੇ ਮੇਰੀ ਜਿਹੜੀ ਉੱਥੇ ਓਪੀਡੀ ਟਾਈਮ ਆ ਉਹ ਕਿਸੇ ਕਿਸ ਜਗ੍ਹਾ ਤੇ ਮਹੀਨੇ 'ਚ 2 ਦਿਨ ਦੀ ਕਿਸੇ ਜਗ੍ਹਾ ਮਹੀਨੇ 'ਚ 4 ਦਿਨ ਦੀ ਆ ਤਾਂ ਬਾਕੀ ਦੇ ਦਿਨ ਜਾ ਕੇ ਵੀ ਤੁਸੀਂ ਬਿਨਾ ਅਪਾਇੰਟਮੈਂਟ ਲੈ ਔਰ ਬਿਨਾ ਕੋਈ ਲਾਈਨਾਂ 'ਚ ਲੱਗੇ ਬਾਕੀ ਦੇ ਦਿਨ ਵੀ ਆਪਣੀ ਹਿਸਟਰੀ ਸ਼ੇਅਰ ਕਰਕੇ ਜਿਹੜੇ ਸਾਡੇ ਐਕਸਪਰਟ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਇਹਨਾਂ ਸਪੈਸ਼ਲਿਕ ਦੀ ਸਾਰੀ ਟ੍ਰੇਨਿੰਗ ਦਿੱਤੀ ਹੋਈ ਆ ਰੈਮਡੀਜ਼ ਦੀ ਤਾਂ ਉਹ ਤੁਹਾਡੀ ਹਿਸਟਰੀ ਕਨਫਰਮ ਕਰਕੇ ਤੁਹਾਨੂੰ ਇਹਨਾਂ ਰੈਮਡੀਜ਼ ਨਾਲ ਜੋੜ ਸਕਦੇ ਨੇ ਔਰ ਤੁਸੀਂ ਉਹ ਆਬਦੇ ਐਕਿਊਟ ਤੇ ਸਬ ਐਕਿਊਟ ਡਿਜ਼ੀਜ਼ ਨੇ ਜਿਹੜੀਆਂ ਉਹ ਇਹਨਾਂ ਨਾਲ ਹੀ ਠੀਕ ਕਰ ਸਕਦੇ ਹੋ ਤਾਂ ਇਹੀ ਪਰਪਸ ਹੈ ਇਹ ਇਹ ਸਾਰੀਆਂ ਵੀਡੀਓਜ਼ ਬਣਾਉਣ ਦਾ ਤਾਂ ਇਹਦੇ ਚ ਸਭ ਤੋਂ ਪਹਿਲੀ ਜਿਹੜੀ ਰੈਮਡੀਜ਼ ਹੈ ਉਹ ਗੌਲ ਕੇਅਰ ਇਹ ਸੀ ਵੈਲ ਸੀਰੀਜ਼ ਆ 24 ਨੰਬਰ ਹੈ ਠੀਕ ਹੈ 24 ਨੰਬਰ ਹੈਗੀ ਹੈ ਅ ਔਰ ਗੌਲ ਕੇਅਰ ਨਾਮ ਹੀ ਕਾਫੀ ਹੈ ਸਮਝਣ ਲਈ ਪਿੱਤੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਖਾਸ ਕਰ ਗੋਲ ਸਟੋਨ ਪਿੱਤੇ ਦੀ ਪੱਥਰੀ ਤਾਂ ਉੱਥੇ ਅਸੀਂ ਤੁਸੀਂ ਇਸ ਰੈਮਡੀਜ਼ ਨੂੰ ਸ਼ੁਰੂ ਕਰ ਸਕਦੇ ਹੋ ਜਾਂ ਇਸ ਸਾਈਡ ਤੇ ਕਿਸੇ ਦੇ ਵੀ ਭਾਰਾਪਨ ਫੀਲ ਹੋ ਰਿਹਾ ਜਾਂ ਪੇਨ ਇਥੋਂ ਬੈਕ ਸਾਈਡ ਜਾ ਰਹੀ ਹੈ ਤਾਂ ਤੁਸੀਂ ਇਨੀਸ਼ੀਅਲੀ ਲੈਵਲ ਤੇ ਪ੍ਰੀਕਾਸ਼ਨ ਦੇ ਤੌਰ ਤੇ ਔਰ ਪ੍ਰੀਵੈਂਟਿਵ ਡੋਜ਼ ਦੇ ਤੌਰ ਤੇ ਇਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ ਗੋਲ ਕੇਅਰ ਨੂੰ ਕਿਸੇ ਨੂੰ ਗੋਲ ਬਰਡਰ ਸਟੋਨ ਹੈਗਾ ਜਾਂ ਗੋਲ ਬਰਡਰ ਦੀ ਕੋਈ ਹੋਰ ਸਮੱਸਿਆ ਵੀ ਹੋ ਸਕਦੀ ਹੈ ਤੇ ਉਹਦੇ 'ਚ ਵੀ ਕੰਮ ਆਊਗਾ ਜੀ ਉਹਦੇ 'ਚ ਵੀ ਕੰਮ ਆਏਗੀ ਪਲੱਸ ਉਸ ਟਾਈਮ ਤੇ ਅਗਰ ਪੇਨ ਬਹੁਤ ਜ਼ਿਆਦਾ ਹੈ ਔਰ ਬੈਕ ਸਾਈਡ ਨੂੰ ਬਹੁਤ ਜ਼ਿਆਦਾ ਜਾ ਰਹੀ ਹੈ ਤੇ ਅਗਰ ਤੁਹਾਡੇ ਕੋਲੇ ਗੋਲ ਕੇਅਰ ਹੈਗੀ ਆ ਤਾਂ ਤੁਸੀਂ ਇਹਨੂੰ ਔਰਲੀ ਮਤਲਬ ਮੂਹਰਾ ਹੀ ਤਾਂ ਲਾਓਗੇ ਲਾਓਗੇ ਇਹਦੀ ਤੁਸੀਂ ਹੌਟ ਕੰਪਰੈਸ ਮਤਲਬ ਜੀ ਤੁਸੀਂ ਟਕੋਰ ਵੀ ਕਰੋਗੇ ਠੀਕ ਹੈ ਟਕੋਰ ਕਰਨ ਦਾ ਮੈਂ ਤਰੀਕਾ ਵੀ ਦੱਸ ਦਿਨਾ ਹੈਗਾ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਇੱਕ ਇੱਕ ਗਲਾਸ ਪਾਣੀ ਗਰਮ ਕਰ ਲੈਣਾ ਹੈਗਾ ਉਹਦੇ ਚ ਇਧੀਆਂ 25 ਬੂੰਦਾ ਐਡ ਕਰੋਗੇ ਤੁਸੀਂ ਔਰ ਕੱਪੜਾ ਭਿਗੋਣਾ ਹੈ ਔਰ ਇਸ ਜਗ੍ਹਾ ਤੇ ਤੁਸੀਂ ਰੱਖ ਲੈਣਾ ਆਪਣਾ ਪਾਣੀ ਕਿਹੜਾ ਹੋਵੇ ਗਰਮ ਹੋਵੇ ਠੰਡਾ ਹੋਵੇ ਕੋਸਾ ਹੋਵੇ ਗਰਮ ਗਰਮ ਪਾਣੀ ਦੇ ਵਿੱਚ ਪਾਵਾਂਗੇ ਤਾਂ ਹੀ ਟਕੌਰ ਹੋਏਗੀ ਗਰਮ ਪਾਣੀ ਇੱਕ ਇੱਕ ਗਲਾਸ ਲੈ ਕੇ ਉਸ ਚ ਇਧੀਆਂ 25 ਬੂੰਦਾ ਪਾਓਗੇ ਤਾਂ ਕੱਪੜਾ ਭਿਗੋਵੋਗੇ ਔਰ ਉਸ ਜਗ੍ਹਾ ਤੇ ਰੱਖ ਕੇ ਟਕੌਰ ਕਰੋਗੇ ਇਹਨੂੰ ਦਿਨ 3 ਵਾਰੀ ਕਰੋਗੇ ਤਾਂ ਤੁਹਾਨੂੰ ਅੱਛਾ ਰਲੀਫ ਆਏਗਾ ਕਿੰਨੀਆਂ ਬੂੰਦਾ ਪਾਣੀਆਂ ਦੇ ਪਾਣੀ ਆ 20 ਤੋਂ 25 ਬੂੰਦਾ ਇਹ ਤਾਂ 25 ਬੂੰਦਾ ਇੱਕ ਵਾਰ ਚ ਪਾਣੀ ਨੇ ਤੇ ਉਸੇ ਪਾਣੀ ਨੂੰ ਆਪਾਂ ਬਾਰ-ਬਾਰ ਯੂਜ਼ ਕਰ ਸਕਦੇ ਹਾਂ ਜਾਂ ਹਰ ਵਾਰੀ ਨਵੀਆਂ ਪਾਣੀ ਅ ਉਸ ਹਰ ਵਾਰੀ ਨਵੀਆਂ ਐਡ ਕਰਾਂਗੇ ਆਪਾਂ ਉਹਦੇ ਵਿੱਚ ਔਰ ਜਿਹੜੀ ਅਪੀਲ ਲਈ ਯੂਜ਼ ਕਰਾਂਗੇ ਉਹ ਆਪਾਂ 15 ਤੋਂ 20 ਬੂੰਦਾ ਯੂਜ਼ ਕਰਾਂਗੇ ਅਡਲਟਸ ਦੇ ਵਿੱਚ ਜਿਹੜੇ ਗਾਲ ਬਲੇਡਰ ਦੀ ਸਮੱਸਿਆ ਹੈਗੀ ਗਾਲ ਬਲੇਡਰ ਦੇ ਅੰਦਰ ਸੋਜ ਵੀ ਆ ਜਾਂਦੀ ਹੈਗੀ ਆ ਗਾਲ ਬਲੇਡਰ ਦੇ ਅੰਦਰ ਇਨਫੈਕਸ਼ਨ ਵੀ ਹੋਈ ਹੁੰਦੀ ਆ ਬਹੁਤ ਸਾਰੇ ਲੋਕਾਂ ਦਾ ਜਿਹੜਾ ਗੋਲ ਬੈਡਰ ਟੌਰਨ ਵੀ ਉਹਨੂੰ ਫਟ ਵੀ ਜਾਂਦਾ ਹੈਗਾ ਜੇਕਰ ਉਹਦੇ ਅੰਦਰ ਜੇ ਆਪਾਂ ਜਿਆਦਾ ਇਲਾਜ ਨਾ ਕਰਾਈਏ ਅਜੇ ਹਾਲਾਤਾਂ ਦੇ ਵਿੱਚ ਵੀ ਜਿਹੜੀ ਇਹ ਚੀਜ਼ ਕੰਮ ਕਰਦੀ ਹੈ ਬਿਲਕੁਲ ਐਕਚੁਅਲ ਜੇ ਜਿਹੜੀ ਤੁਸੀਂ ਹਾਲਾਤ ਬਿਆਨ ਕੀਤੇ ਨੇ ਇਹ ਕ੍ਰੋਨਿਕਲ ਆਗੇ ਉਸ ਇਸ ਤਰ੍ਹਾਂ ਦੇ ਹਾਲਾਤ ਲਈ ਤੁਹਾਨੂੰ ਓਪੀਡੀ 'ਚ ਹੀ ਆਉਣਾ ਪੈਗਾ ਠੀਕ ਹੈ ਲੇਕਿਨ ਹੁੰਦਾ ਕੀ ਹੈ ਕਿ ਅਗਰ ਸਾਨੂੰ ਪਤਾ ਹੈ ਕਿ ਮੇਰੇ ਦੇਖੋ ਪਹਿਲੀ ਚੀਜ਼ ਇਸ ਸਾਈਡ ਅਗਰ ਭਾਰਾਪਨ ਹੈ ਪੇਨ ਹੋ ਰਹੀ ਹੈ ਔਰ ਪੇਨ ਬੈਕ ਸਾਈਡ ਜਾ ਰਹੀ ਹੈ ਇਹਦਾ ਮਤਲਬ ਬਾਡੀ ਤੁਹਾਨੂੰ ਦੱਸ ਰਹੀ ਹੈ ਤਾਂ ਉਹ ਨਿਸ਼ਚੜੀ ਲੈਵਲ ਤੇ ਤੁਸੀਂ ਇਹਨੂੰ ਡੋਜ਼ ਤਾ ਤੋਂ ਡਿਓ ਇੱਕ ਤਾਂ ਸਵੇਲਿੰਗ ਦੂਸਰਾ ਟਕੋਰ ਕਰਨ ਦੇ ਨਾਲ ਸਵੇਲਿੰਗ ਔਰ ਦੂਸਰਾ ਜਿਹੜਾ ਸਾਈਜ਼ ਵਧ ਰਿਹਾ ਉਹਨੂੰ ਕੰਟਰੋਲ ਔਰ ਇਹਨੂੰ अर्ली ਯੂਜ਼ ਕਰਨ ਦੇ ਨਾਲ ਉਹਦੇ ਸਾਈਜ਼ ਨੂੰ ਵਧਣ ਤੋਂ ਵੀ ਰੋਕਦੀ ਹੈ ਫਿਰ ਪਥਰੀ ਬਾਹਰ ਵੀ ਕੱਢਦੀ ਹੈ ਦੇਖੋ ਜਿਹੜੀ ਪਿੱਤੇ ਦੀ ਪਥਰੀ ਹੁੰਦੀ ਹੈ ਇਹਦਾ ਬਾਹਰ ਨਿਕਲਦਾ ਕੋਈ ਰਸਤਾ ਨਹੀਂ ਹੁੰਦਾ ਇਹਨੂੰ ਬੋਡੀ ਡਿਸਾਲਵ ਕਰਦੀ ਹੈ ਅਸੀਂ ਹਮੇਸ਼ਾ ਪੇਸ਼ੈਂਟ ਦੀ ਕਾਉਨਸਲਿੰਗ ਚ ਉਹਨੂੰ ਦੋ ਚੀਜ਼ਾਂ ਦੱਸਦੇ ਹਾਂ ਕਿ ਤੁਸੀਂ ਦੋ ਚੀਜ਼ਾਂ ਖਿਆਲ ਰੱਖਣਾ ਇੱਕ ਤਰ੍ਹਾਂ ਸਾਈਜ਼ ਨਾ ਵਧੇ ਦੂਸਰਾ ਇਹਦੀ ਜਿਹੜੀ ਹੈਗੀ ਆ ਪੇਨ ਨਾ ਵਧੇ ਔਰ ਗਰੇ ਦੋ ਚੀਜ਼ਾਂ ਦੁਨੀਆ ਕੰਟਰੋਲ ਲੈ ਔਰ ਇਹਦਾ ਸਾਈਜ਼ ਚਾਹੇ ਥੋੜੀ ਥੋੜੀ ਸਾਈਜ਼ ਹੀ ਘਟ ਰਿਹਾ ਐ ਇਸਪੇ 6 ਮਹੀਨੇ ਬਾਅਦ ਹੀ ਘਟ ਰਿਹਾ ਤੁਹਾਡੇ 6 ਮਹੀਨੇ ਅਲਟਰਾਸਾਊਂਡ ਤੇ ਨਜ਼ਰ ਆ ਰਿਹਾ ਤੁਸੀਂ ਆਪਣਾ ਖਾਣ ਪੀਣ ਬੈਸਟ ਕਰ ਲੋ ਤਾਂ ਸਾਈਜ਼ ਇਹਦਾ ਨੀਚੇ ਆਏਗਾ ਇਹਨੂੰ ਬੋਡੀ ਖੁਦ ਡਿਸਾਲਵ ਕਰੇਗੀ ਬਸ ਇਨਰ ਰੈਮਡੀਜ਼ ਦਾ ਲੈਣ ਦਾ ਪਰਪਸ ਇਹ ਰਹੇਗਾ ਕਿ ਸਾਈਜ਼ ਨੂੰ ਕੰਟਰੋਲ ਕੀਤਾ ਜਾਵੇ ਜਾਂ ਰੋਕਿਆ ਜਾਵੇ ਤੇ ਸਵੇਲਿੰਗ ਨੂੰ ਤੇ ਪੇਨ ਨੂੰ ਕੰਟਰੋਲ ਕੀਤਾ ਜਾਵੇ ਚਲੋ ਇਹ ਤਾਂ ਹੋ ਗਿਆ ਗਾਲ ਬਲੈਡਰ ਦੀ ਜਿਹੜੀ ਹੈਗੀ ਐ ਇੱਕ ਆ ਗਿਆ ਕੰਠ ਕੇਅਰ ਕੰਠ ਕੇਅਰ ਯਾਨੀ ਗਲੇ ਨਾਲ ਸੰਬੰਧਿਤ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਥਰੋਟ ਨਾਲ ਸੰਬੰਧਿਤ ਯਾਨੀ ਕਿ ਜੇ ਗਲਾ ਗਲੇ 'ਚ ਸੋਜ ਹੋ ਜਾਂਦੀ ਹੈ ਜਾਂ ਵਾਇਰਲ ਬੁਖਾਰ ਜਦੋਂ ਕਿਤੇ ਆਉਂਦਾ ਹੈਗਾ ਤਾਂ ਉਹਦੇ 'ਚ ਗਲੇ ਨਾਲ ਸੰਬੰਧਿਤ ਜਿਹੜੀ ਕਾਫੀ ਚੀਜ਼ਾਂ ਪ੍ਰੋਬਲਮਾਂ ਆਂਦੀਆਂ ਜਾਂ ਕਾਉਂਸਲਸ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਇਹ ਕੰਮ ਕਰੇਗੀ ਇਹ ਵਾਲੀ ਜੀ ਜੀ ਇਹ ਕੰਠ ਕੇਅਰ ਦੇ ਸਪੈਸ਼ਲ ਗਲੇ ਦੀ ਮੇਨ ਰੈਮਡੀਜ਼ ਆ ਹੁਣ ਗਲੇ ਦੀ ਕਿਸ ਰੂਪ 'ਚ ਰੈਮਡੀਜ਼ ਆ ਮੰਨ ਲਓ ਤੁਹਾਡੀ ਆਵਾਜ਼ ਬੈਠ ਗਈ ਹੈ ਜਦੋਂ ਆਪਾਂ ਕੀਰਤਨ ਕੀਤਾ ਜਾਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਬਹੁਤ ਚੀਕੇ ਗਾਏ ਗਏ ਤੇ ਉਹਦੇ ਚ ਆਪਾਂ ਆਵਾਜ਼ ਹਾਂ ਉਹ ਉਸ ਸਮੇਂ ਤੇ ਅ ਗਲੇ ਦੇ ਵਿੱਚ ਖਰਾਸ਼ ਹੋ ਰਹੀ ਹੈ ਜਾਂ ਟੌਨਸਲ ਦੀ ਪੇਨ ਜਾਂ ਸਵੇਲਿੰਗ ਹੋ ਗਈ ਗਲੇ ਦੇ ਵਿੱਚ ਜਾਂ ਗਲਾ ਦਰਦ ਕਰ ਰਿਹਾ ਹੈਗਾ ਤਾਂ ਉੱਥੇ ਬਹੁਤ ਅੱਛੀ ਰੈਮਡੀਜ਼ ਹੈ ਇਹਨੂੰ ਪੀਣਾ ਵੀ ਹੈ ਔਰ ਗਲੇ ਦੇ ਉੱਪਰ ਅਪਲਾਈ ਵੀ ਕਰਾਂਗੇ ਆਪਾਂ ਜੀ ਜੀ ਇਹ ਟੌਨਸਲ ਦੇ ਵਿੱਚ ਵੀ ਕੰਮ ਕਰਦੀ ਹੈ ਕਾਉਂਸਲ ਦੇ ਵਿੱਚ ਇਹਦੇ ਨਾਲ ਇਹ ਸਪੋਰਟਿਵ ਰੈਮਡੀ ਤੇ ਰੁਚੀ ਕੰਮ ਕਰੇਗੀ ਆ ਇਹਦੇ ਨਾਲ ਫਿਰ ਲੱਗ ਤੋਂ ਆਪਾਂ ਨੂੰ ਰੈਮਡੀਜ਼ ਐਡ ਕਰਨੀਆਂ ਪੈਣਗੀਆਂ ਓਪੀਡੀ ਦੇ ਵਿੱਚ ਆ ਕੇ ਤੇ ਗਲੇ ਦੇ ਵਿੱਚ ਜਿਹੜੀ ਇਨਫੈਕਸ਼ਨ ਹੋ ਜਾਂਦੀ ਹੁੰਦੀ ਹੈ ਆ ਮਤਲਬ ਗਲਾ ਸੁੱਜ ਜਾਂਦਾ ਸੋਜ ਆ ਜਾਂਦੀ ਹੈ ਗਲਾ ਦਰਦ ਕਰਨ ਲੱਗ ਪੈਂਦਾ ਹੈਗਾ ਉਸ ਉਹਦੇ ਵਿੱਚ ਇਹਨੂੰ ਕਿਵੇਂ ਲੈਣਾ ਤੇ ਕੀ ਕੰਮ ਕਰੂਗੀ ਦੇਖੋ ਗਲੇ ਦੀ ਇਸ ਤਰ੍ਹਾਂ ਹੈਗਾ ਕਿ ਗਲੇ ਦੇ ਵਿੱਚ ਸਵੇਲਿੰਗ ਜਾਂ ਦਰਦ ਦੇ ਰੀਜ਼ਨ ਅਲੱਗ-ਅਲੱਗ ਨੇ ਉਦਾਹਰਨ ਦੇ ਤੌਰ ਤੇ ਅਗਰ ਬਲਗਮ ਬਹੁਤ ਜ਼ਿਆਦਾ ਬਣ ਰਹੀ ਹੈ ਜਾਂ ਤੁਸੀਂ ਬਹੁਤ ਖੱਟਾ ਖਾ ਲਿਆ ਤਲਿਆ ਖਾ ਲਿਆ ਤਾਂ ਗਲੱਗ ਪੱਕ ਜੀ ਜਾਂਦਾ ਹੈ ਛਾਤੀ ਵੀ ਪੱਕ ਜਾਂਦੀ ਹੈ ਤਾਂ ਉਥੇ ਰੀਜ਼ਨ ਅਲੱਗ ਹੋਗੇ ਉਥੇ ਇਹਨੂੰ ਨਾਲ ਲੈ ਸਕਦੇ ਆ ਲੇਕਿਨ ਇਹਦੇ ਨਾਲ ਸਪੋਰਟਿਵ ਇਹਦੀ ਵੈਲ 2 ਤੇ 4 ਸੀਰੀਜ਼ ਆਂਦੀ ਹੈ ਜਿਹੜੀ ਕਿ ਰੈਸਪੀਰੇਸ਼ਨ ਲਈ ਰੈਸਪੀਰੇਟਰ ਜਿਹੜਾ ਸਿਸਟਮ ਹੈ ਉਹਦੇ ਲਈ ਤਿਆਰ ਕੀਤੀ ਗਈ ਹੈ ਤਾਂ ਉਹਦੇ ਨਾਲ ਇਹਨੂੰ ਐਜ਼ ਅ ਸਪੋਰਟਿਵ ਯੂਜ਼ ਕਰਦੇ ਹੋ ਤਾਂ ਤੁਹਾਡੀ ਉਹ ਵਾਲੀ ਬਲਗਮ ਸਾਲਵ ਹੋਏਗੀ ਠੀਕ ਹੈ ਤਾਂ ਮੀਨ ਗਲੇ ਦੇ ਵਿੱਚ ਅਗਰ ਟੌਨਸਲ ਨੇ ਉਹ ਮੈਂ ਤੁਹਾਨੂੰ ਦੱਸ ਸੀ ਦਿੱਤਾ ਉਹਦੇ ਨਾਲ ਸਾਨੂੰ ਅਲੱਗ ਤੋਂ ਮੈਡੀਸਨ ਦੇ ਵਿੱਚ ਇਹ ਐਜ਼ ਅ ਸਪੋਰਟਿਵ ਰੋਲ ਨਿਭਾਏਗੀ ਪਰ ਇਹ ਇੱਕ ਹੁੰਦਾ ਹੈ ਕਿ ਆਪਾਂ ਗਲਾ ਬੈਠ ਗਿਆ ਹੈ ਆਵਾਜ਼ ਭਾਰੀ ਹੋ ਗਈ ਹੈ ਗਲਾ ਦਰਦ ਵੀ ਕਰਦਾ ਹੈ ਔਰ ਉੱਥੇ ਤੁਸੀਂ ਕੋਈ ਪੇਨ ਕਿਲਰ ਲੈਣ ਦੀ ਬਜਾਏ ਜਾਂ ਕਈ ਵਾਰੀ ਆਪਾਂ ਡਾਕਟਰ ਕੋਲ ਜਾਂਦੇ ਆ ਤਾਂ ਕੋਈ ਇੰਜੈਕਸ਼ਨ ਲਗਾਉਂਦਾ ਉਹਦੀ ਬਜਾਏ ਇਹ ਤੁਸੀਂ ਇਹਨੂੰ ਯੂਜ਼ ਕਰਦੇ ਹੋ ਗਰਮ ਪਾਣੀ ਚ ਪਾ ਕੇ ਜੋ ਆਪਾਂ ਡੋਸ ਦੱਸਦੇ ਆ ਇਹ ਅਚਲੜ ਦਿੰਦੀ ਹੈ ਬਹੁਤ ਸਾਰੇ ਬੱਚੇ ਜਿਹੜੇ ਨੇ ਡਾਕਟਰ ਸਾਹਿਬ ਨੂੰ ਬੋਲਦੇ ਵੀ ਨਹੀਂ ਹੈਗੇ ਬਚਪਨ ਦੇ ਵਿੱਚ ਬੋਲਣਾ ਵੀ ਉਹ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਜਾਂ ਫਿਰ ਬਹੁਤ ਸਾਰੇ ਬੱਚੇ ਤੋਤਲਾ ਬੋਲਦੇ ਰਹਿੰਦੇ ਨੇ ਜਾਂ ਕਈ ਵੱਡੀ ਉਮਰ ਤੱਕ ਵੀ ਤੋਤਲੇ ਬੋਲਦੇ ਰਹਿੰਦੇ ਨੇ ਉਹਨਾਂ ਵਿੱਚ ਵੀ ਇਹ ਕੰਮ ਕਰੇ ਹਾਂ ਉਹਦਾ ਵਿੱਚ ਇਹ ਸਪੋਰਟਿਵ ਲੇਕਿਨ ਇਹਦੇ ਨਾਲ ਵੈਲ ਨਾਈਨ ਐਡ ਹੋਏਗੀ ਮਸਤਿਕ ਦੀ ਜਿਹੜੀ ਅਪ ਲਾਸਟ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਉਹ ਐਡ ਹੁੰਦੀ ਹੈ ਫਿਰ ਉਹਤੇ ਸਮਾਲ ਸੋ ਕਿਉਂਕਿ ਜਿਹੜੇ ਰੀਜ਼ਨ ਨੇ ਉਹਨੂੰ ਥੋੜਾ ਡਾਇਗਨੋਸ ਕਰਨਾ ਪੈਂਦਾ ਫਿਰ ਤੁਹਾਨੂੰ ਆਪਣੇ ਆਪ ਸਮਝ ਲੱਗ ਜਿੰਦੀ ਕਿ ਤੁਸੀਂ ਇਹਦੇ ਨਾਲ ਸਪੋਰਟਿਵ ਰੈਮਡੀਜ਼ ਕਿਹੜੀ ਲਗਾਓਗੇ ਜੀ ਚਲੋ ਇਹ ਹੋ ਗਿਆ ਹੁਣ ਆਈਏ ਆਪਾਂ ਪਾਈਲਸ ਵੱਲ ਪਾਂਦੇ ਪਾਈਲਸ ਯਾਨੀ ਕਿ ਬਵਾਸੀਰ ਬਵਾਸੀਰ ਬੜੀ ਗੰਦੀ ਬਿਮਾਰੀ ਆ ਬਵਾਸੀਰ ਜਿਹੜੀ ਆ ਉਹਦੇ ਪਿੱਛੇ ਦਾ ਕਾਰਨ ਜਿਹੜਾ ਉਹ ਗੈਸ ਕਬਜ਼ ਤੇ ਜਿਹੜਾ ਇਹ ਦੇ ਕਰਕੇ ਹੁੰਦਾ ਮਾੜਾ ਖਾਣਾ ਪੀਣਾ ਆ ਗਿਆ ਉਹਦੇ ਕਰਕੇ ਹੋ ਗਿਆ ਬਵਾਸੀਰ ਦੋ ਤਰ੍ਹਾਂ ਦੀ ਹੋ ਗਈ ਬਵਾਸੀਰ ਇੱਕ ਖੂਨੀ ਬਵਾਸੀਰ ਇੱਕ ਸੁੱਕੀ ਬਵਾਸੀਰ ਇੱਕ ਲਾਈਨ ਬਣ ਕੇ ਜਿਹੜਾ ਉਹ ਆਂਦਾ ਹੈਗਾ ਬਲੱਡ ਤੇ ਇੱਕ ਆਂਦਾ ਟਪਕਾ ਟਪਕਾ ਡਿੱਗਦਾ ਹੁੰਦਾ ਅ ਥੋੜਾ ਜਿਆਦਾ ਜਾਣਕਾਰੀ ਦਿਉਂਗਾ ਕਿ ਇਹ ਪਾਈਲਸ ਦੇ ਪਾਈਲਸ ਕੇਅਰ ਇਹ ਕਿਹੜੇ ਪਾਈਲਸ ਦੇ ਉੱਤੇ ਕੰਮ ਕਰੂਗੀ ਇਹ ਇਹ ਦੋਨੋਂ ਤਰ੍ਹਾਂ ਦੇ ਪਾਈਲਸ ਦੇ ਉੱਪਰ ਕੰਮ ਕਰਦੀ ਹੈ ਠੀਕ ਹੈ ਅਗਰ ਤੁਹਾਡਾ ਅਕਿਊਟ ਲੈਵਲ ਤੇ ਪਾਈਲਸ ਦੀ ਪ੍ਰੋਬਲਮ ਹੈ ਤਾਂ ਉਥੇ ਇਕੱਲੀ ਰੈਮਡੀ ਸੀ ਬਹੁਤ ਅੱਛਾ ਰਿਜ਼ਲਟ ਦਿੰਦੀ ਹੈ ਅਗਰ ਕ੍ਰੋਨਿਕਲ ਹੈ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਹੈ ਤਾਂ ਫਿਰ ਇਹ ਸਪੋਰਟਿਵ ਰੋਲ ਨਿਭਾਉਂਦੀ ਹੈ ਇਹਦੇ ਨਾਲ ਫਿਰ ਆਪਾਂ ਨੂੰ ਓ ਪੀ ਡੀ ਦੇ ਵਿੱਚ ਜਿਹੜੀਆਂ ਫਾਰਮੂਲੇਸ਼ਨ ਐਡ ਕਰਨੀ ਪੈਂਦੀ ਹੈਗੀ ਬਟ ਇਸ ਤੋਂ ਇਲਾਵਾ ਜਿਹੜੀ ਮੀਨਸ ਕੀ ਹੁੰਦਾ ਕਿ ਕਈ ਵਾਰੀ ਇਰੀਟੇਸ਼ਨ ਸ਼ੁਰੂ ਹੋ ਜਾਂਦੀ ਹੈ ਪਾਇਲ ਨਰ ਰਿਲੇਟਡ ਗੁੱਦੇ ਵਾਲੀ ਜਗ੍ਹਾ ਤੇ ਪੇਨ ਵੀ ਹੁੰਦੀ ਔਰ ਖਾਰਿਸ਼ ਵੀ ਹੁੰਦੀ ਤਾਂ ਦੈਨ ਬਾਡੀ ਨੇ ਸਿੰਪਟਮ ਦੇ ਦਿੱਤਾ ਤਾਂ ਤੁਸੀਂ ਇਹਨੂੰ ਨਾਲ ਨਾਲ ਸ਼ੁਰੂ ਕਰੋ ਤਾਂ ਉਹਨੂੰ ਕ੍ਰੋਨਿਕਲ ਬਣ ਤੋਂ ਰੋਕ ਲੈਂਦੀ ਹੈ ਜੀ ਇਹਨਾਂ ਦੇ ਵਿੱਚ ਕੀ ਥੋੜਾ ਜਿਹਾ ਇਹਨਾਂ ਤਿੰਨਾਂ ਦਵਾਈਆਂ ਕਿਉਂਕਿ ਉਧਰ ਵੀ ਮੈਂ ਪੁੱਛਣਾ ਭੁੱਲ ਗਿਆ ਤਿੰਨਾਂ ਦਵਾਈਆਂ ਚ ਪਾਇਆ ਕੀ ਹੈ ਜਾਂ ਗਿੱਦੜ ਸਿੰਘੀ ਪਾਈ ਹੋਈ ਹੈ ਤਿੰਨਾਂ ਦੇ ਵਿੱਚ ਇਹਨਾਂ ਦੇ ਪਲਾਂਟਸ ਨੇ ਠੀਕ ਹੈ ਪਲਾਂਟਸ ਦੇ ਉੱਪਰ ਆਪਾਂ ਨੈਕਸਟ ਇੱਕ ਜਲਦੀ ਹੀ ਵੀਡੀਓ ਬਣਾਵਾਂਗੇ ਕਿਉਂਕਿ ਉਹ ਇਸ ਤਰ੍ਹਾਂ ਦੇ ਪਲਾਂਟਸ ਨੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਸੁਣਿਆ ਨਹੀਂ ਹੋਏਗਾ ਕਦੀ ਵੀ ਇਸ ਕਰਕੇ ਮੈਂ ਫਿਲਹਾਲ ਜ਼ਿਕਰ ਨਹੀਂ ਕਰ ਰਿਹਾ ਜਦੋਂ ਆਪਾਂ ਪਲਾਂਟਸ ਦੇ ਉੱਤੇ ਵੀਡੀਓ ਬਣਾਵਾਂਗੇ ਨਾ ਤੇ ਪਲਾਂਟਸ ਨੂੰ ਬਰੀਫ ਵੀ ਕਰਾਂਗੇ ਇਹ ਵੀ ਦੱਸਾਂਗੇ ਕਿੱਥੋਂ ਮਿਲਦੇ ਆ ਉਹਦੀ ਔਰ ਉਹਦੀ ਪਛਾਣ ਕੀ ਹੈ ਤਾਂ ਫਿਰ ਉਹਨਾਂ ਨੂੰ ਉਹਨਾਂ ਦੇ ਨਾਮ ਵੀ ਦੱਸਾਂਗੇ ਫਿਰ ਜਦੋਂ ਇਹ ਰੈਮਡੀਜ਼ ਨੂੰ ਦੇ ਉੱਤੇ ਲਿਖੀਏ ਪਲਾਂਟਸ ਨੂੰ ਪੜ੍ਹਨਗੇ ਇਹ ਨੂੰ ਸਮਝ ਲੱਗ ਜਾਣੀ ਹੈਗੀ ਆ ਕਿ ਇਹਦੇ ਵਿੱਚ ਇਹ ਪਲਾਂਟਸ ਆ ਤੇ ਇਹ ਆਵਲਾ ਕੰਮ ਕਰਦਾ ਹੈਗਾ ਸੋ ਪਲਾਂਟਸ ਦੀ ਵਜ੍ਹਾ ਨਾਲ ਹੀ ਇਹਨਾਂ ਦੇ ਜਿਹੜੇ ਗੁਣ ਤੇ ਇਹਨਾਂ ਦੇ ਫਾਇਦੇ ਅਲੱਗ-ਅਲੱਗ ਬਣ ਜਾਂਦੇ ਨੇ ਪਾਈਲ ਸਕਿਅਰ ਇਹ ਡੋਜ਼ ਕਿਵੇਂ ਲੈਣੀ ਡੋਜ਼ ਬੱਚਿਆਂ ਵਾਸਤੇ 5 ਤੋਂ 10 ਬੂੰਦਾਂ ਨੇ ਅਡਲਟਸ ਵਾਸਤੇ 10 ਤੋਂ 25 ਬੂੰਦਾਂ ਪਾਣੀ ਗਰਮ ਠੰਡਾ ਜਾਂ ਕੁਛ ਇਹ ਜਿਹੜੀ ਦਵਾਈ ਆਪਾਂ ਲੈ ਰਹੇ ਆ ਇਹਦੇ ਇਲਾਵਾ ਕੁਝ ਪਰਹੇਜ਼ ਆ ਪਾਣੀ ਚੀ ਲੈਣਾ ਆ ਬਸ ਪਰਹੇਜ਼ ਮੰਨ ਲਓ ਜ ਪਾਇਲਸ ਦੀ ਪਾਲ ਮਤਲਬ ਉਸ ਚ ਪਰਹੇਜ਼ ਖੱਟੀ ਤਲੀ ਠੰਡੀ ਇਹ ਚੀਜ਼ਾਂ ਪਰਹੇਜ਼ ਕਰਨਾ ਹੈਗਾ ਤਾਂ ਮਿਲਟਸ ਹਾਂ ਮਿਲਟਸ ਦਾ ਉਹ ਤਾਂ ਜੋ ਆਪਾਂ ਨਾਲ ਐਡ ਕਰਦੇ ਆ ਮਿਲਟਸ ਐਡ ਕਰਦੇ ਆ ਜਾਂ ਕਿਸੇ ਨੂੰ ਆਪਾਂ ਮੈਗਨੀਸ਼ੀਅਮ ਥੈਰੇਪੀ ਦੇ ਦਿੰਨੇ ਲਾਈਕ ਐਮ ਡੀ ਦੇ ਦਿੰਨੇ ਹੈਗੇ ਉਹ ਤਾਂ ਹੈ ਉਹ ਤਾਂ ਨਾਲ ਹੈਗੇ ਨਾਲ ਜਿਵੇਂ ਪਾਇਲਸ ਦੇ ਪੇਸ਼ੈਂਟ ਨੂੰ ਅਸੀਂ ਗਲੋਈ ਦੇ ਦਿੰਨੇ ਆ ਨਾਲ ਅਸੀਂ ਵੈਲ 29 ਦੇ ਸਕਦੇ ਆ ਪਰ ਉੱਥੇ ਇਹ ਗਲੋਏ ਦੀ ਸਪੋਰਟਿਵ ਚ ਖੜ ਜੇਗੀ ਕਿਉਂਕਿ ਇਹ 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 ਤਾਂ ਇਹ ਨਹੀਂ ਹੈ ਕਿ ਇਹਦੇ ਵਿੱਚ ਕੋਈ ਕੈਮੀਕਲਸ ਨੇ ਕਿ ਆਯੁਰਵੇਦਾਂ ਨੂੰ ਨਹੀਂ ਸਮਝਦੀ ਆਯੁਰਵੇਦਾਂ ਦੇ ਨਾਲ ਇਸ ਬਹੁਤ ਅੱਛਾ ਕੰਮ ਕਰਦੀ ਹੈ ਇਹ ਦੋਨੇ ਫ੍ਰੈਂਡਲੀ ਵਰਕ ਹੈ ਨਾ ਦਾ ਆਯੁਰਵੇਦਾਂ ਦੇ ਅੰਦਰ ਠੀਕ ਹੈ ਮੀਨਸ ਪੇਸ਼ੈਂਟ ਨੂੰ ਗਲੋਏ ਦੇ ਨਾਲ ਹੀ ਦੇ ਦੋਗੇ ਤਾਂ ਹੋ ਸਕਦਾ ਹੈ ਕਿ ਉਹਨੂੰ ਇਲੈਕਟ੍ਰੋ ਫਾਰਮੂਲੇਸ਼ਨ ਨਾਲ ਲੈਣੀ ਪਵੇ ਠੀਕ ਹੋ ਜਾਏਗਾ ਤਾਂ ਇੱਕ ਸਪੋਰਟਿਵ ਬਹੁਤ ਅੱਛਾ ਕੰਬੀਨੇਸ਼ਨ ਹੈ ਆਯੁਰਵੇਦਾਂ ਦਾ ਔਰ ਇਲੈਕਟ੍ਰੋ ਰੈਮਡੀਜ਼ ਦਾ ਕਿਉਂਕਿ ਇਹ ਵੀ ਪਲਾਂਟਸ ਓਰੀਐਂਟਡ ਆ ਤੇ ਉਹ ਵੀ ਜੜੀ ਬੂਟੀਆਂ ਨੇ ਸਾਰੀਆਂ ਕਿਸਮ ਦੇ ਭੈਣ ਭਰਾ ਹੀ ਹੋ ਮਾਸੀ ਮਸੇ ਅੱਛਾ ਹੁਣ ਆਈਏ ਆਪਾਂ ਕੈਂਸਰੋ ਕੇਅਰ ਇਲੈਕਟ੍ਰੋ ਕੈਂਸਰੋ ਕੇਅਰ ਇਹਦਾ ਨਾਮ ਹੀ ਇਹ ਦੱਸ ਰਿਹਾ ਵੀ ਕੈਂਸਰ ਦੇ ਉੱਤੇ ਜਿਹੜੀ ਇਹ ਕੰਮ ਕਰਦੀ ਹੁ ਕੈਂਸਰ ਜਿਹੜਾ ਬਾਡੀ ਦੇ ਅੰਦਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਕੈਂਸਰ ਬਾਡੀ ਦੇ ਅੰਦਰ ਬਹੁਤ ਤਰ੍ਹਾਂ ਦੇ ਹੁੰਦੇ ਨੇ ਕੈਂਸਰ ਜਿਹੜਾ ਬਲੱਡ ਕੈਂਸਰ ਵੀ ਹੈਗਾ ਬੋਨ ਕੈਂਸਰ ਵੀ ਹੈਗਾ ਕੈਂਸਰ ਆਪਣੇ ਬਾਡੀ ਦੇ ਉੱਤੇ ਜਿਹੜਾ ਬਹੁਤ ਸਾਰੀ ਜਿਹੜੀ ਆ ਉਹ ਹਾਂ ਹੋਰ ਜਿਹੜੀਆਂ ਜਗ੍ਹਾ ਤੇ ਵੀ ਹੁੰਦਾ ਬੱਚੇਦਾਨੀ ਚ ਵੀ ਹੋਗਾ ਲੀਵਰ ਚ ਵੀ ਆ ਜਾਂਦਾ ਅੰਤੜੀਆਂ ਚ ਵੀ ਆ ਜਾਂਦਾ ਬ੍ਰੇਨ ਚ ਵੀ ਆ ਜਾਂਦਾ ਬੁਣੀ ਥਾਂ ਦੇ ਉੱਤੇ ਹੁੰਦਾ ਕੀ ਇਹ ਹਰ ਤਰ੍ਹਾਂ ਦੇ ਕੈਂਸਰ ਦੇ ਤੇ ਹੁੰਦਾ ਆ ਦੇਖੋ ਪਹਿਲੀ ਚੀਜ਼ ਹੈਗੀ ਕਿ ਇਹਦਾ ਨਾਮ ਜਿਵੇਂ ਕਿ ਇਲੈਕਟ੍ਰੋ ਕੈਂਸਰੋ ਕੇਅਰ ਦਸ ਰੱਖਿਆ ਗਿਆ ਹੈ ਵੈਲ ਦੀ ਸੀਰੀਜ਼ ਹੈ 27 ਨੰਬਰ ਸੀਰੀਜ਼ ਹੈ ਸਪੈਸ਼ਲ ਰੈਮਡੀਜ਼ ਦੇ ਵਿੱਚ ਤਾਂ ਕੈਂਸਰ ਹੁਣ ਇੱਕ ਚੀਜ਼ ਸਾਨੂੰ ਸਮਝ ਜਾਈ ਪੈਗੀ ਕੈਂਸਰ ਸੈੱਲ ਸਾਰਿਆਂ ਦੀ ਬਾਡੀਜ਼ ਨੇ ਠੀਕ ਹੈ ਲਿਕਨ ਇੱਕ ਕੰਟਰੋਲ ਰੇਸ਼ਿਓ ਚ ਨੇ ਉਹ ਕਿਤੇ ਵੀ ਆਪਣੇ ਆਪ ਨੂੰ ਫਲਕਚੂਏਟ ਕਰਦੇ ਨੇ ਵਧਦੇ ਨੇ ਤਾ ਉਹ ਹਲਕਾ ਹਲਕਾ ਰੂਪ ਦੇਣ ਲੱਗ ਪੈਂਦੇ ਨੇ ਕੈਂਸਰ ਕੀ ਹੈ ਤੁਹਾਡੇ ਸਰੀਰ ਦੇ ਵਿੱਚ ਕਿਤੇ ਗੰਢ ਹੈ ਤੋ ਕੈਂਸਰ ਹੈ ਬਾਗੀ ਹੋ ਗਿਆ ਆਪਣੇ ਸੈੱਲ ਹੀ ਆਪਣੇ ਬਾਗੀ ਹੋ ਗਏ ਬਾਗੀ ਹੋ ਗਏ ਮੀਨਜ਼ ਅਗਰ ਤੁਹਾਡੇ ਉਸ ਸਕਿਨ ਦੇ ਵਿੱਚ ਗੰਢ ਬਣ ਗਈ ਮਾਸ ਦੀ ਤੋ ਵੀ ਕੈਂਸਰ ਹੈ ਬਲੱਡ ਦੀ ਬਣ ਗਈ ਤੋ ਵੀ ਕੈਂਸਰ ਠੀਕ ਹੈ ਕੈਂਸਰ ਨਾਟ ਓਨਲੀ ਕਿ ਕੋਈ ਜ਼ਖਮ ਹੈ ਬਹੁਤ ਵੱਡਾ ਉਹ ਵੀ ਕੈਂਸਰ ਹੈ ਨਹੀਂ ਕੈਂਸਰ ਦੇ ਸੈੱਲ ਆਪਣੀ ਬੋਡੀ ਵਿੱਚ ਵਧਦੇ ਘਟਦੇ ਰਹਿੰਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਬੋਡੀ ਫਾਈਟ ਕਰਦੀ ਹੈ ਲੋ ਇਮਿਊਨਿਟੀ ਜੀ ਚਲੇ ਜਾਂਦੇ ਤਾਂ ਉਹ ਆਪਣੀ ਗਿਣਤੀ ਵਧਾ ਲੈਂਦੇ ਨੇ ਇੱਕ ਵੱਖਰਾ ਝੁੰਡ ਖੜਾ ਕਰ ਲੈਂਦੇ ਨੇ ਤਾਂ ਉਸ ਏਰੀਆ ਨੂੰ ਮੈਡੀਕਲ ਸਾਇੰਸ ਵਿੱਚ ਕੈਂਸਰ ਏਰੀਆ ਕੋਸ਼ਿਤ ਕਰ ਦਿੱਤਾ ਜਾਂਦਾ ਤਾਂ ਇਹ ਪਹਿਲੀ ਚੀਜ਼ ਹੈਗੀ ਕਿ ਚਾਹੇ ਤੁਹਾਡਾ ਕਿਊਟ ਲੈਵਲ ਦਾ ਕੈਂਸਰ ਹੈ ਚਾਹੇ ਉਹ ਕ੍ਰੋਨਿਕਲ ਹੈ ਉੱਥੇ ਸਪੋਰਟਿਵ ਰੋਲ ਨਿਭਾਏਗੀ ਸਪੋਰਟਿਵ ਸਪੋਰਟਿਵ ਰੋਲ ਨਿਭਾਏਗੀ ਦੂਸਰਾ ਕਿਉਂਕਿ क्रोनिकलस ਚ ਚਲਾ ਗਿਆ ਤਾਂ ਉਹਨੂੰ ਫਿਰ ਸਾਨੂੰ ਟੈਕਨੀਕਲ ਜੋ ਸਾਡੀ ਫਾਰਮੂਲੇਸ਼ਨ ਨੂੰ ਐਡ ਕਰਨੀ ਪੈਗੀ ਉੱਥੇ ਨਾਲ ਸਪੋਰਟਿੰਗ ਕਿਸੇ ਤੇ ਫਾਈਬਰੋਇਡ ਬਣ ਗਿਆ ਤਾਂ ਉਹ ਵੀ ਕੈਂਸਰ ਹੈ ਬਾਡੀ ਦਾ ਇੱਕ ਤਰ੍ਹਾਂ ਦਾ ਠੀਕ ਹੈ ਸਿਸਟ ਬਣ ਗਿਆ ਕੈਂਸਰ ਤਾਂ ਉਹਦੇ ਵਿੱਚ ਲਾਸਟ ਵੀਡੀਓ ਚ ਆਪਾਂ ਦੱਸਿਆ ਸੀ ਵੈਲ 21 ਤੇ ਵੈਲ 22 ਇਹ ਦੋ ਸੀਰੀਜ਼ ਨੇ ਅਗਰ ਫਾਈਬਰੋਇਡ ਦੀ ਪ੍ਰੋਬਲਮ ਹੈ ਤਾਂ ਵੈਲ 21 ਆਪਾਂ ਐਡ ਕਰਦੇ ਤੇ ਉਹਦੇ ਨਾਲ ਇਹਨੂੰ ਐਡ ਕਰਾਂਗੇ ਠੀਕ ਹੈ ਤਾਂ ਉਹ ਜਿਹੜੀ ਫਾਈਬਰੋਇਡ ਬਣ ਰਿਹਾ ਸਿਸਟ ਬਣ ਰਿਹਾ ਉਹਨਾਂ ਤੇ ਬਹੁਤ ਅੱਛਾ ਇੱਕ ਹੈਲਦੀ ਰਿਸਪੌਂਸ ਬਡੀ ਦੇ ਨਾਲ ਕੰਮਦੀ ਹੈ। ਸੋ ਇਹਦਾ ਇੱਕ ਇਸ ਤਰੀਕੇ ਨਾਲ ਹਾਂ ਬਾਕੀ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੈ ਉੱਥੇ ਸਪੋਰਟਿਵ ਰੋਲ ਨਿਭਾਉਂਦੀ ਹੈਗੀ। ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੈਂਸਰ ਸਪੋਰਟਿਵ ਰੋਲ ਨਿਭਾਉਂਦੀ ਹੈਗੀ। ਅ ਇਹਨੂੰ ਲੈਣ ਦੀ ਵੀ ਥੋੜੀ ਦੱਸੋਗੇ ਤੇ ਪਰਹੇਜ਼ ਕੀ ਨੇ ਇਹ ਲੈਣਾ ਕਿਵੇਂ ਹੈਗਾ ਤੇ ਆਪਤ ਵਿੱਚ ਜੇ ਦਵਾਈਆਂ ਕਿਸੇ ਨੂੰ ਪ੍ਰੋਬਲਮ ਸਾਰੀਆਂ ਵੀ ਹੈਗੀਆਂ ਨੇ ਤੇ ਕਿੰਨਾ ਇਹਦਾ ਗੈਪ ਹੋਣਾ ਹੈ। ਦੇਖੋ ਇਲੈਕਟਰੋ ਰੈਮਡੀਜ਼ ਦੇ ਵਿੱਚ ਜਦੋਂ ਵੀ ਆਪਾਂ ਡੋਜ਼ ਲੈਣੀ ਆ ਤਾਂ ਮਿਨੀਮਮ 8 ਮਿੰਟ ਦਾ ਗੈਪ ਤਾਂ ਜ਼ਰੂਰੀ ਹੈ ਠੀਕ ਹੈ ਪਰਹੇਜ਼ ਜਿਸ ਤਰ੍ਹਾਂ ਦਾ ਤੁਹਾਡਾ ਰੋਗ ਹੈ ਉਸ ਤਰ੍ਹਾਂ ਦਾ ਹੀ ਤੁਹਾਨੂੰ ਪਰਹੇਜ਼ ਦੱਸਿਆ ਜਾਂਦਾ ਜੇ ਕਫ ਨਾਲ ਰਿਲੇਟਡ ਹੈ ਤਾਂ ਉਸ ਤਰ੍ਹਾਂ ਦੀ ਚੀਜ਼ਾਂ ਪਰਹੇਜ਼ ਕਰਾਂਗੇ ਬਲੱਡ ਨਾਲ ਰਿਲੇਟਡ ਹੈ ਉਸ ਤਰ੍ਹਾਂ ਦਾ ਠੀਕ ਹੈ ਅਗਰ ਕੋਈ ਗੈਸ ਨਾਲ ਰਿਲੇਟਡ ਹੈ ਤਾਂ ਉਸ ਤਰ੍ਹਾਂ ਦਾ ਕਰਾਂਗੇ ਤਾਂ ਪਰਹੇਜ਼ ਦੀ ਵਿੱਚ ਵੇਰੀਏਸ਼ਨ ਹੈ ਬਾਕੀ ਜੋ ਜੋ ਸਿੰਪਟਮ ਨੇ ਠੀਕ ਹੈ ਉਹਦੇ ਮੁਤਾਬਕ ਜਿਹੜੀਆਂ ਕਿ ਰੈਮਡੀ ਸਾਡੇ ਐਕਸਪਰਟ ਤੁਹਾਨੂੰ ਕਮੈਂਟ ਕਰਦੇ ਨੇ ਇਹਨਾਂ ਨੂੰ ਲੈ ਕੇ ਆਉਣ ਦਾ ਮਕਸਦ ਸਾਡਾ ਇਹ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਆਯੁਰਵੈਦਿਕ ਪ੍ਰੋਡਕਟਸ ਨੇ ਆਪਣੇ ਕੋਲ ਜਿਹੜੇ ਬਹੁਤ ਅੱਛਾ ਰੋਲ ਨਿਭਾਉਂਦੇ ਨੇ ਲੇਕਿਨ ਉਹਨਾਂ ਦੇ ਨਾਲ ਅਗਰ ਅ ਅਕਿਊਟ ਡਿਜ਼ੀਜ਼ ਦੇ ਵਿੱਚ ਵੀ ਐਕਚੁਅਲ ਚ ਅਕਿਊਟ ਵੀ ਲੋਕਾਂ ਦੀ ਕ੍ਰੋਨਿਕ ਵਰਗੀ ਹੋਈ ਪਈ ਆ ਤਾਂ ਉੱਥੇ ਅਸੀਂ ਇਹਨਾਂ ਨੂੰ ਨਾਲ ਐਡ ਕਰਕੇ ਦਿੰਨੇ ਆ ਤਾਂ ਉੱਤੇ ਜ ਦੋ ਫਾਇਦੇ ਨੇ ਪੇਸ਼ੈਂਟ ਤੇ ਪਹਿਲਾ ਇਹ ਕਿ ਉਹਨੂੰ ਲਾਈਨਾਂ ਰੋ ओपीडी ਵਾਲੇ ਸਿਸਟਮ ਚ ਨਹੀਂ ਆਣਾ ਪਏਗਾ ਦੂਸਰਾ ਇਹ ਕਿ ਉਹਦਾ ਪੈਸਾ ਵੀ ਕਾਫੀ ਸੇਵ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਿਨੀਮਮ ਮਿਨੀਮਮ ਪੈਸੇ ਦੇ ਵਿੱਚ ਉਹ ਪੇਸ਼ੈਂਟ ਦਾ ਇਲਾਜ ਹੋਵੇ ਠੀਕ ਹੈ ਹਾਂ ਲੇਕਿਨ ਬਹੁਤ ਵਾਰੀ ਅਸੀਂ ਦੇਖਿਆ ਕਿ ਪੇਸ਼ੈਂਟ 15 15 20 20 ਸਾਲ ਤੋਂ ਦਵਾਈਆਂ ਖਾ ਰਿਹਾ ਹੁੰਦਾ ਜੋ ਰੋਗ ਉਹਦਾ ਕਿਊਟ ਵਾਲਾ ਸੀ 15 ਸਾਲ ਪਹਿਲਾਂ ਅੱਜ ਕ੍ਰੋਨਿਕਲ ਚ ਕਨਵਰਟ ਹੋ ਰਿਹਾ ਹੁੰਦਾ ਤਾਂ ਉੱਥੇ ਫਿਰ ਅਸੀਂ ਇਸ ਦੇਖੋ ਕੀ ਹੁੰਦਾ ਹੈ ਅਸੀਂ ਜੀ ਉੱਥੇ ਵਾਲਾ ਟ੍ਰੀਟਮੈਂਟ ਦਿੰਨੇ ਤਾਂ ਉੱਥੇ ਫਿਰ ਇਹ ਟ੍ਰੀਟਮੈਂਟ ਦਾ ਪੈਸਾ ਵੇਸਟ ਕਰ ਰਿਆ ਹੁੰਦਾ ਕਿਉਂ ਉਸ ਲੈਵਲ ਤੱਕ ਠੀਕ ਹੀ ਨਹੀਂ ਹੋ ਪਾਇਗਾ 9 ਮਹੀਨੇ ਖਾ ਲਵੇ ਤਾਂ ਉੱਥੇ ਫਿਰ ਟੈਕਨੀਕਲ ਜਿਹੜੀਆਂ ਸਾਡੀ ਫਾਰਮੂਲੇਸ਼ਨਸ ਆ ਡਾਇਗਨੋਸ ਕਰਕੇ ਜੋ ਅਸੀਂ ਓਪੀਡੀ 'ਚ ਕਰਦੇ ਆ ਉਹ ਫਿਰ ਸਾਨੂੰ ਦੇਣੀ ਜ਼ਰੂਰੀ ਹੁੰਦੀ ਹੈ ਆਦਰਵਾਇਜ਼ ਇਹ ਉਹ ਲੈ ਰਿਹਾ ਹੋਏਗਾ ਬਾਡੀ 25% 30% ਰਿਸਪਾਂਸ ਦੇਗੀ ਉਹ ਤਾਂ ਵਧੇਗੀ ਨਹੀਂ ਕਿਉਂਕਿ ਕ੍ਰੋਨਿਕਲ ਲੈਵਲ ਦਾ ਤਾਂ ਉੱਥੇ ਫਿਰ ਸਾਨੂੰ ਓਪੀਡੀ 'ਚ ਬੁਲਾਉਣ ਚੀ ਉਹਦਾ ਫਾਇਦਾ ਹੈ ਠੀਕ ਹੈ ਤਾਂ ਹਾਂ ਲੇਕਿਨ ਜੇ ਪੇਸ਼ੈਂਟ ਦਾ ਰੋਕ ਸਾਲ ਤੋਂ ਆ 6 ਮਹੀਨੇ ਤੋਂ ਆ ਕੋਈ 5 ਸਾਲ ਤੋਂ ਆ ਤਾਂ ਉਹ ਬਹੁਤ ਵੱਡੇ ਲੈਵਲ ਤੇ ਨਹੀਂ ਵਧਿਆ ਹੋਇਆ ਸਾਈਡ ਇਫੈਕਟਸ ਜਿਹੜੇ ਬੋਡੀ ਤੇ ਨਹੀਂ ਆਏ ਤਾਂ ਉਥੇ ਉਹ ਬਿਨਾ ਉਹ ਪੀੜੀ ਚ ਆਏ ਹੋਏ ਵੀ ਸਾਡੇ ਸੈਂਟਰ ਚ ਆ ਕੇ ਕਿਸੇ ਵੀ ਵਰਕਿੰਗ ਡੇਜ਼ ਦੇ ਵਿੱਚ ਕਾਉਂਸਲਿੰਗ ਲੈ ਕੇ ਇਹਨਾਂ ਨਾਲ ਜੁੜ ਸਕਦਾ ਹੈ ਜੁੜ ਸਕਦਾ ਤੇ ਉਹ ਬੱਚੇ ਬਜ਼ੁਰਗ ਜਵਾਨ ਡੋਜ਼ ਜਿਹੜੀ ਆ ਸਾਰਿਆਂ ਦੀ ਸੇਮ ਹੀ ਸਾਰਿਆਂ ਦੀ ਸੇਮ ਹੀ ਹੈ ਬਿਲਕੁਲ ਬਹੁਤ ਸਾਰੀਆਂ ਰੈਮਡੀਜ਼ ਅਲੱਗ-ਅਲੱਗ ਕੰਡੀਸ਼ਨ ਦੇ ਵਿੱਚ ਅਪਲਾਈ ਕਰਨ ਵਾਸਤੇ ਵੀ ਬੈਸਟ ਹੁੰਦੀਆਂ ਨੇ ਜਿਵੇਂ ਆਪਾਂ ਗੋਲ ਦੇ ਉੱਤੇ ਗੱਲ ਕੀਤੀ ਹੈ ਤਾਂ ਉਹ ਵੀ ਬਹੁਤ ਸਾਰੀਆਂ ਲੱਗਣ ਚੰਦੀ ਹੈ ਅੱਛਾ ਇੱਕ ਚੀਜ਼ ਦੱਸੋ ਵੀ ਇਹ ਜਿਹੜੀ ਕੈਂਸਰੋ ਕੇਅਰ ਹੈਗੀ ਹੈ ਇਲੈਕਟ੍ਰੋ ਕੈਂਸਰੋ ਕੇਅਰ ਹੈ ਜੀ ਇਹ ਦਵਾਈ ਇੱਕ ਅਜਿਹੀ ਦਵਾਈ ਮੈਨੂੰ ਲੱਗ ਰਹੀ ਹੈ ਕਿ ਜਿਹੜੀ ਕਿ ਆਮ ਨਾਲੋਂ ਥੋੜੀ ਹਟ ਕੇ ਹੋਏਗੀ ਕਿਉਂਕਿ ਇਹ ਬਹੁਤ ਕ੍ਰੋਨਿਕ ਡਿਜ਼ੀਜ਼ ਹੈ ਬਹੁਤ ਖਤਰਨਾਕ ਡਿਜ਼ੀਜ਼ ਹੈ ਲਾਈਫ ਸੇਵਿੰਗ ਸਿਚੁਏਸ਼ਨ ਚ ਵੀ ਬੰਦਾ ਹੁੰਦਾ ਉਸ ਟਾਈਮ ਕੀ ਇਸ ਦਵਾਈ ਨੂੰ ਥੋੜਾ ਜਿਹਾ ਮਿਲ ਧਿਆਨ ਨਾਲ ਵਰਤਣ ਦੀ ਲੋੜ ਹੁੰਦੀ ਆ ਜਾਂ ਫਿਰ ਇਹਨੂੰ ਕੁਝ ਖਾਸ ਲੋਕ ਇਸ ਨੂੰ ਨਹੀਂ ਲੈ ਸਕਦੇ ਹੁੰਦੇ ਇਹਨੂੰ ਸਿਰਫ ਬਾਡੀ ਦੇ ਵਿੱਚ ਅਲੱਗ-ਅਲੱਗ ਰੂਪ ਚ ਵੰਡ ਰਹੇ ਕੈਂਸਰ ਦੇ ਮਾਹੌਲ ਦੇ ਟਾਈਮ ਤੇ ਹੀ ਦਿੱਤਾ ਜਾਂਦਾ ਮੈਂ ਉਹੀ ਕਹਿੰਦਾ ਹਾਂ ਮਨ ਲੋ ਪੇਸ਼ੈਂਟ ਆਉਂਦੇ ਮੇਰੇ ਗੰਡਾ ਨੇ ਇਹ ਲੂਪਸ ਬੋਲ ਦਿੰਨੇ ਆਪਾਂ ਠੀਕ ਹੈ ਲਿਪੋਮਾ ਵੀ ਇਹਨੂੰ ਬੋਲਿਆ ਜਾਂਦਾ ਠੀਕ ਹੈ ਤਾਂ ਲੂਪਸ ਵਾਲਿਪੋਮਾ ਦੋਨਾਂ ਦੀਸ ਕੰਡੀਸ਼ਨ ਚ ਅਸੀਂ ਇਹਨੂੰ ਦਿੰਨੇ ਆ ਠੀਕ ਹੈ ਸਿਸਟਾ ਫਾਈਬਰਡ ਉੱਥੇ ਦਿੰਨੇ ਆ ਗਾਇਨੋ ਕੇਅਰ ਦੇ ਵੀ ਦਿੱਤੀ ਆ ਹਾਂ ਗਾਇਨੋ ਗਾਇਨੋ ਕੇਅਰ ਦਿੱਤੀ ਜਾਂਦੀ ਆ ਲੇਕਿਨ ਉਹ ਅਗਰ ਉਹਦਾ ਸਾਈਜ਼ ਹੀ ਬਹੁਤ ਬਲਕੀ ਹੋਰ ਬਹੁਤ ਵਾਈਟ ਸਾਈਜ਼ ਹੋ ਚੁੱਕਿਆ ਮੰਨ ਲਓ ਵੀ 125 140 mm ਦੀ ਤਾਂ ਉਥੇ ਇਹਨੂੰ ਐਡ ਕਰਨਾ ਜ਼ਰੂਰੀ ਰਹੇਗਾ ਨਹੀਂ ਗਾਇਨੋਕਿਟ ਦੇ ਨਾਲ ਇਹਨੂੰ ਜੈਸ ਇਹਨੂੰ ਐਡ ਕਰਨਾ ਬਹੁਤ ਜ਼ਰੂਰੀ ਰਹੇਗਾ ਗਾਇਨੋਕਿਟ ਦੇ ਨਾਲ ਐਡ ਕਰਾਂਗੇ ਤਾਂ ਰਿਜ਼ਲਟ ਅੱਛੇ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਇਹ ਸਪੋਰਟ ਬਹੁਤ ਅੱਛਾ ਸਪੋਰਟਿਵ ਰੋਲ ਉਥੇ ਨਿਭਾਏਗੀ ਮਤਲਬ ਗਾਇਨੋਕਿਟ ਜਿਵੇਂ ਲੈਣਾ ਨੇ ਆਪਾਂ 10-10 ਸਪੂਨ ਦਾ ਸਵੇਰੇ ਦੁਪਹਿਰੇ ਸ਼ਾਮੀ ਖਾਣੇ ਤੋਂ ਪਹਿਲਾਂ ਗਾਇਨੋਕਿਟ ਤੇ ਗਾਇਨੋ ਕੇਅਰ ਜਿਹੜਾ ਇੱਕ ਇੱਕ ਚਮਚਾ ਸਵੇਰੇ ਦੁਪਹਿਰੇ ਸ਼ਾਮੀ ਖਾਣੇ ਤੋਂ ਬਾਅਦ ਤੇ ਇਹ ਫਿਰ ਕਿੰਨੀ ਲੈਣੀ ਉਹਦਣਾ ਕੀ तकरीबन 15 ਬੁੰਦਾ ਤੋਂ ਆਪਾਂ ਨੂੰ ਸ਼ੁਰੂ ਕਰ ਸਕਦੇ 15 ਬੁੰਦਾ ਸਵੇਰੇ ਤੇ ਬਾਰੇ ਸ਼ਾਮ ਹਾਂਜੀ ਹਾਂਜੀ ਤਿੰਨ ਵਾਰ ਆਪੋ ਦੇ ਵਿੱਚ ਕਿੰਨਾ ਗਿਆ ਉਹ ਗਿਆ ਨੂੰ 8 ਮਿੰਟ ਦਾ ਹੂੰ ਤੇ 90 ਦਿਨ ਦੇ ਕੋਰਸ ਦੇ ਵਿੱਚ ਕਾਫੀ ਰਿਜ਼ਲਟ ਨੇ ਹਾਂਜੀ ਜੀ ਬਹੁਤ ਅੱਛੇ ਰਿਜ਼ਲਟ ਨੇ ਤਾਂ ਕਿਉਂਕਿ ਜਿਹਦੇ ਵੀ ਸਿਸਟ ਜਾਂ ਫਾਈਬਰਡ ਬਣ ਗਿਆ ਉਹਨੂੰ ਤੁਸੀਂ ਚਾਹੇ ਸਾਈਜ਼ ਛੋਟੇ ਕਿਉਂ ਸ਼ੁਰੂ ਕਰੋ ਗਾਇਨੋ ਕੇਅਰ ਦੇ ਨਾਲ ਇਹਨਾਂ ਨਾਲ ਇਹਨੂੰ ਐਡ ਕਰਨ ਨਾਲ ਹੀ ਅੱਛੇ ਰਿਜ਼ਲਟ ਆ ਜਾਂਦੇ ਨੇ ਤੇ ਕੀ ਉਹ ਪੀਸੀਓਡੀ ਪੀਸੀਓਐਸ ਦੇ ਵਿੱਚ ਵੀ ਕੰਮ ਕਰੇ ਨਹੀਂ ਉੱਥੇ ਫਿਰ ਉਹ ਤੁਹਾਨੂੰ ਵੈਲ 21 ਵਾਲ ਜਾਣਾ ਪਏਗਾ ਹਾਂ ਜਿਹੜੀ ਵੈਲ 21 ਹੈ ਉਹਦੇ ਵੱਲ ਜਾਣਾ ਪਏਗਾ ਕੀ ਹੈ ਉਹ ਉਹ ਆਲਰੇਡੀ ਯੂਰਿਨ ਬਲੇਡਰ ਔਰ ਯੂਟਰਸ ਨਾਲ ਰਿਲੇਟਡ ਜਿਹਨੀਆਂ ਸਮੱਸਿਆਵਾਂ ਉਹਨਾਂ ਜੁੜੀ ਹੋਈਆਂ ਚੀਜ਼ਾਂ ਉਹਦੇ ਚ ਉਹ ਕੰਮ ਕਰੇ ਹਾਂਜੀ ਉਹ ਉੱਥੇ ਆਪਦਾ ਰੋਲ ਨਿਭਾਏਗਾ ਕਿਉਂਕਿ ਉੱਥੇ ਉਹਦਾ ਉਹਦਾ ਰੋਲ ਜ਼ਿਆਦਾ ਹੈ ਉਥੇ ਉਹਦਾ ਰੋਲ ਜ਼ਿਆਦਾ ਇਵਨ ਸਿਸਟ ਬਣੀ ਹੈ ਫਾਈਬਰੇਟ ਚ ਵੀ ਵੈਲ 21 ਜਿਹੜੀ ਆ ਉਹਦਾ ਰੋਲ ਜ਼ਿਆਦਾ ਹੈ ਉਹਦੇ ਨਾਲ ਜੋ 27 ਲੱਗੇਗੀ ਤਾਂ ਦੋਨੇ ਬਹੁਤ ਅੱਛੇ ਕੰਬੀਨੇਸ਼ਨ ਚ ਕੰਮ ਕਰ ਰਹੇ ਹਾਂ ਲੱਗਦਾ ਸੀ ਵੀ ਜੇ ਉਹ ਲੈ ਕੇ ਪਲੱਸ ਇਹ ਲੈ ਕੇ ਪਲੱਸ ਗਾਇਨੋਕਿਟ ਲੈ ਕੇ ਤੇ ਕੰਪਲੀਟ ਡੋਸ ਹੋ ਜੀ ਕੰਪਲੀਟ ਡੋਸ ਹੋ ਜੀ ਚਾਹੇ ਉਹ ਚਾਹੇ ਅੰਦਰ ਸਿਸਟ ਬਣੀ ਆ ਚਾਹੇ ਫਾਈਬਰੋਇਡ ਬਣੀ ਆ ਚਾਹੇ ਪੀਸੀਓਡੀ ਪੀਸੀਓਐਸ ਜਾਂ ਫਿਰ ਲਕੋਰੀਆ ਪ੍ਰੋਬਲਮ ਹੈਗੀ ਆ ਜਾਂ ਉਹਦੇ ਨਾਲ ਕੁਝ ਹੋਰ ਪ੍ਰੋਬਲਮ ਹੈਗੀਆਂ ਸਾਰੀਆਂ ਦੀ ਸਾਰੀਆਂ ਉਹਦੇ ਨਾਲ ਸਾਲਵ ਹਾਂ ਲਕੋਰੀਆ ਦੀ ਪ੍ਰੋਬਲਮ ਆ ਤਾਂ ਉੱਥੇ ਆਪਾਂ ਇਹ ਵੈਲ 27 ਨਹੀਂ ਲਵਾਗੇ ਉੱਥੇ ਆਪਣੀ ਵੈਲ ਜਿਹੜੀ 13 ਆਉਂਦੀ ਆ ਠੀਕ ਹੈ ਕਿਉਂਕਿ ਉਹ ਮੇਨ ਫੀਮੇਲ ਰੈਮਡੀਜ਼ ਹੈ ਤਾਂ ਉਹਦਾ ਰੋਲ ਕਾਫੀ ਜ਼ਿਆਦਾ ਹੋ ਵਧੀਆ ਉੱਥੇ ਬਹੁਤ ਅੱਛੇ ਰਿਜ਼ਲਟ ਆਉਂਦੇ ਜੀ ਜੀ ਕੁਝ ਮੇਲਜ਼ ਨੂੰ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਿਸ ਤਰ੍ਹਾਂ ਲਿਪੋਰੀਆ ਹੁੰਦਾ ਇਸੇ ਤਰ੍ਹਾਂ ਉਹਦੇ ਵਿੱਚ ਮੇਲਜ਼ ਨੂੰ ਵੀ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਜਿਹਦੇ ਵਿੱਚ ਉਹਨਾਂ ਦੇ ਵੀ ਪਾਣੀ ਆਉਣ ਲੱਗ ਜਾਂਦਾ ਹੈ ਤੇ ਉਹਨਾਂ ਵਾਸਤੇ ਵੀ ਇਹ ਕੰਮ ਕਰਦੀ ਜਿਹਨੂੰ ਮਤਲਬ ਜਿਸ ਤਰ੍ਹਾਂ ਵਾਈਡ ਡਿਸਚਾਰਜ ਜੋ ਤਾਤ ਪੈਣਾ ਕਹਿ ਦਿੰਦੇ ਨੇ ਠੀਕ ਹੈ ਉਹਦੇ ਉਹਦੇ ਵਿੱਚ ਵੈਲ 8 ਜਿਹੜੀ ਕਿ ਪਦਾ ਸੁਕਿਆ ਔਰ ਵੈਲ 22 ਕਿਉਂਕਿ ਫੀਮੇਲ ਦੀ 21 ਹੈ ਤਾਂ ਮੇਲ ਦੀ 22 ਹੈ ਠੀਕ ਹੈ ਉਹ ਔਰ 8 ਇਹ ਦੋ ਬਹੁਤ اچھا ਕੰਮ ਕਰਦੀਆਂ ਨੇ ਉਹ ਤਾਂ ਨਹੀਂ ਗਾਇ ਨੂੰ ਕਿਟ ਦੂਰ ਉਹਨੂੰ ਗਾਇ ਨੂੰ ਕਿਟ ਦੀ ਲੋੜ ਹਾਂ ਉਹਨੂੰ ਗਾਇ ਨੂੰ ਕਿਟ ਦੀ ਲੋੜ ਹੁੰਦੀ ਹੈ ਉਸੇ 8 ਔਰ 22 ਨੰਬਰ ਜਿਹੜੀ ਹੈਗੀ ਇਹ ਦੋਨੇ ਬਹੁਤ اچھا ਕੰਮ ਕਰਦੀ ਨਾਲ ਉਹ ਦਿੱਤੀ ਜਾ ਸਕਦੀ ਜਿਹੜੀ ਜੂਰਨ ਬਲੱਡ ਬਲੱਡਰ ਵਾਲੀ ਜਿਹੜੀ ਆ ਉਹ ਉਹੀ ਉਹ ਜਿਹੜੀ ਵੈਲ ਬਾਈ ਤੇ ਵੈਲ 8 ਜਿਹੜੀ ਹੈਗੀ ਆ ਉਹ ਦੋਨੋਂ ਕੰਮ ਕਰਨੀਆਂ ਨਾਲ ਐਲੋਵੀਰਾ ਆਮਲਾ ਤੁਸੀਂ ਐਡ ਕਰ ਸਕਦੇ ਹੋ ਗਲੋਈ ਵੀ ਲਗਾ ਸਕਦੇ ਹੋ ਲੇਕਿਨ ਅਗਰ ਸਪੰਦੋਸ اور ਤਾਰਪੇਗਰ ਦੀ ਪ੍ਰੋਬਲਮ ਹੈ ਤਾਂ ਉਥੇ ਆਮਲਾ ਜਿਆਦਾ ਚੰਗਾ ਕਰੇਗਾ ਬਹੁਤ ਧੰਨਵਾਦ ਕਮਾਲ ਦੀ ਜਾਣਕਾਰੀ ਦਿੱਤੀ ਸੀ ਔਰ ਚਾਰ ਰੈਮਡੀਜ਼ ਜਿਹੜੀਆਂ ਜਈਆਂ ਨੇ ਜਿਹੜੀਆਂ ਕਿ ਜੇਕਰ ਘਰ ਚ ਪਈਆਂ ਹੋਣ ਤਾਂ ਸਮਾਂ ਆਉਣ ਦੇ ਉੱਤੇ ਜੇਕਰ ਕੋਈ ਵੱਡੀ ਸਮੱਸਿਆ ਖੜੀ ਹੁੰਦੀ ਆ ਤਾਂ ਇਨਸਾਨ ਆਪਣਾ ਸ਼ੁਰੂਆਤੀ ਰਾਜ ਆਪਣਾ ਆਪ ਕਰ ਸਕਦਾ ਤੇ ਅੱਗੇ ਚੱਲ ਕੇ ਫਿਰ ਬਾਕੇ ਤੁਹਾਡੇ ਨਾਲ ਵੀ ਕੰਸਲਟ ਕਰ ਜੀ ਜੀ ਬਿਲਕੁਲ ਔਰ ਇਹਦੇ ਨਾਲ ਦੇਖੋ ਅਸੀਂ ਸ਼ੁਰੂ ਤੋਂ ਹੀ ਆਪਾਂ ਇਹ ਰਿਕੁਐਸਟ ਕੀਤੀ ਆ ਸਾਰਿਆਂ ਨੂੰ ਕਿ ਕੱਲਾ ਆਪਾਂ ਹਥਿਆਰ ਸੁੱਟ ਕੇ ਤੇ ਡਾਕਟਰ ਦੇ ਮੋਢੇ ਤੇ ਨਾ ਬੰਦੂਕ ਚਲਾਈਏ ਇਹਨਾਂ ਕਹੀ ਕਿ ਇਹੀ ਹੁਣ ਕਰੇਗਾ ਮੇਰਾ ਕੰਮ ਤਾਂ ਵਿਗਾੜਨ ਦਾ ਸੀ ਮੈਂ ਵਿਗਾੜ ਕੇ ਲਿਆ ਹੁਣ ਇਹੀ ਸਵਾਰੇ ਨਹੀਂ ਅਸੀਂ ਜੋ ਦੇ ਰਹੇ ਆਂ ਅਸੀਂ ਤੁਹਾਨੂੰ ਵੀ ਬਰਾਬਰ ਦੇ ਤੁਹਾਡੇ ਸਰੀਰ ਦੇ ਜਿਹੜੇ ਕਿ ਇੱਕ ਰਿਸਪਾਂਸਿਬਲ ਪਰਸਨ ਦੇ ਤੌਰ ਤੇ ਖੜਾ ਕਰਨਾ ਚਾਹੁੰਦੇ ਆਂ ਤੇ ਸਰੀਰ ਜੋ ਵੀ ਸਿੰਪਟਮ ਦੇ ਰਿਹਾ ਤੁਸੀਂ ਉਹਦੇ ਬਾਰੇ ਸਾਡੇ ਸੈਂਟਰ ਤੇ ਆ ਕੇ ਦੱਸੋ ਸਾਡੇ ਜਿਹੜੇ ਵੈਲ ਵਰਕਰਸ ਨੇ ਉਹ ਤੁਹਾਡੀ ਜਿਹੜੀ ਸਮੱਸਿਆਵਾਂ ਨੇ ਸਿੰਪਟਮਸ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਰੈਮਡੀ ਤੁਹਾਨੂੰ ਕਮੈਂਟ ਕਰਨੀ ਵਾਲੀ ਬਣਦੀ ਹੋएगी ਰეკਮੈਂਡ ਕਰਨਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ 60 ਤੋਂ 70% ਪੇਸ਼ੈਂਟ ਆਪਦੇ ਰੋਗ ਬਿਨਾ ਮੇਰੀ ਓਪੀਡੀ 'ਚ ਆਏ ਹੀ ਠੀਕ ਕਰ ਸਕਦੇ ਨੇ ਬਹੁਤ ਧੰਨਵਾਦ। ਥੈਂਕ ਯੂ ਜੀ ਮਿਊਜ਼ੀਸ਼ੀਆ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸੋ ਇਸਨ ਡਾਕਟਰ ਬ੍ਰਿੰਦਰ ਸਿੰਘ ਕੋਲਰ ਇਕ ਵਾਰ ਫੇਰ ਚਾਰ ਅਜਈਆਂ ਰੈਮਡੀਜ਼ ਇਲੈਕਟ੍ਰੋਕੰਟ ਗੋਲ ਕੇਅਰ ਪਾਈਲਸ ਕੇਅਰ ਐਂਡ ਇਲੈਕਟ੍ਰੋ ਕੈਂਸਰੋ ਕੇਅਰ ਚਾਰ ਅਜੀਆਂ ਦਵਾਈਆਂ ਜਿਹੜੀਆਂ ਕਿ ਤੁਹਾਡੇ ਘਰ ਦੇ ਵਿੱਚ ਪਈਆਂ ਨੇ ਤਾਂ ਤੁਹਾਨੂੰ ਜੇਕਰ ਇਹਨਾਂ ਦੇ ਨਾਲ ਰਿਲੇਟਡ ਸਮੱਸਿਆ ਆਉਂਦੀ ਹੈ ਗੋਲ ਬੱਡਰ ਨਾਲ ਸਮੱਸਿਆ ਰਿਲੇਟਡ ਸਮੱਸਿਆ ਕੋਈ ਆਉਂਦੀ ਹੈ ਤੁਹਾਨੂੰ ਤੁਹਾਨੂੰ ਕੰਠ ਯਾਨੀ ਕਿ ਗਲੇ ਨਾਲ ਸੰਬੰਧਤ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਹਾਨੂੰ ਬਾਵਾਸੀਰ ਨਾਲ ਸੰਬੰਧਤ ਕੋਈ ਸਮੱਸਿਆ ਆਉਂਦੀ ਹੈ ਜਾਂ ਫਿਰ ਤੁਹਾਨੂੰ ਕੈਂਸਰ ਨਾਲ ਸੰਬੰਧਤ ਕੋਈ ਸਮੱਸਿਆ ਆਉਂਦੀ ਹੈ ਗਾਇਨੀ ਨਾਲ ਸੰਬੰਧਤ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਤੁਸੀਂ ਇਹ ਜਿਹੜੀ ਆਪਣੇ ਘਰ ਬੈਠੇ ਸਿੰਟਮ ਨੂੰ ਦੇਖਦੇ ਹਾਂ ਜਿੱਦਾਂ ਡਾਕਟਰ ਬ੍ਰਿੰਦਰ ਸਿੰਘ ਪੁਲਰੋਂ ਨੇ ਦੱਸਿਆ ਨੇ ਸਿੰਟਮ ਨੂੰ ਦੇਖਦੇ ਹੋਇਆ ਇਸ ਇਹਨਾਂ ਡੋਸ ਨੂੰ ਲੈ ਕੇ ਜਿਹੜਾ ਆਪਣਾ ਇਲਾਜ ਖੁਦ ਕਰ ਸਕਦੇ ਹੋ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਡਾਕਟਰ ਬ੍ਰਿੰਦਰ ਸਿੰਘ ਪੁਲਰੋਂ ਨੇ ਦਾ ਕਹਿਣਾ ਕੋਈ ਕੋਈ ਸਾਈਡ ਇਫੈਕਟ ਨਹੀਂ ਪਲਾਂਟ ਬੇਸ ਦਵਾਈਆਂ ਹੈਗੀਆਂ ਨੇ ਇਹਦੇ ਲੈਨੇ ਹੋ ਕੋਈ ਅੱਗੇ ਇਹ ਨਹੀਂ ਹੋਏਗਾ ਵੀ ਇਹਦੇ ਨਾਲ ਤੋਂ ਦਵਾਈ ਮਰਜ਼ ਤੁਹਾਡਾ ਵੱਧ ਜਾਏਗਾ ਤੁਹਾਨੂੰ ਤੁਹਾਨੂੰ ਕੋਈ ਸਾਈਡ ਇਫੈਕਟ ਨਿਕਲ ਕੇ ਤੁਹਾਡਾ ਕੋ ਖਰਾਬੀ ਹੋ ਜਾਏਗੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਪਲਾਂਟ ਬੇਸ ਦਵਾਈਆਂ ਹੈਗੀਆਂ ਨੇ ਇਹਨੇ ਤੁਹਾਨੂੰ ਫਾਇਦਾ ਹੀ ਬਚਾਉਣਾ ਹੈਗਾ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਲੋੜ ਹੈ ਸਮੇਂ ਦੀ ਜੇਕਰ ਅਜੀਆਂ ਦਵਾਈਆਂ ਜਾਂ ਅਜੀਆਂ ਰੈਮਡੀਜ਼ ਦੇ ਬਾਰੇ ਘਰ-ਘਰ ਜਾਣਕਾਰੀ ਹੋਏਗੀ ਤਾਂ ਸਿਰਫ ਆਪਣੇ ਘਰ ਦੇ ਵਿੱਚ ਲਿਆ ਕੇ ਰੱਖਣ ਦੇ ਨਾਲ ਹੀ ਆਪਾਂ ਨੂੰ ਕਿਉਂਕਿ ਤਿੰਨ-ਤਿੰਨ ਚਾਰ-ਚਾਰ ਸਾਲ ਦੀ ਇਹਨਾਂ ਦੀ ਐਕਸਪਾਇਰੀ ਡੇਟ ਹੁੰਦੀ ਹੈ ਜੇਕਰ ਆਪਾਂ ਇਹਨਾਂ ਨੂੰ ਘਰ 'ਚ ਪਈਆਂ ਨੇ ਕਦੇ ਨਾ ਕਦੇ ਕਿਸੇ ਨੂੰ ਰੱਬ ਨਾਲ ਖੁਦਾ ਨਾਲ ਅਸਤਾ ਕਿਸੇ ਨੂੰ ਸਮੱਸਿਆ ਆਉਂਦੀ ਆ ਤਾਂ ਇਹ ਆਪ ਹੀ ਯੂਜ਼ ਕਰਕੇ ਜਾਂ ਆਪਣੇ ਆਪਣਿਆਂ ਨੂੰ ਦੇ ਕੇ ਉਹਨਾਂ ਨੂੰ ਅਗਰ ਆਰਾਮ ਪਹੁੰਚਾਉਂਦੇ ਆ ਉਹ ਠੀਕ ਕਰਦੇ ਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇਖਦਾ ਰਹੋ ਧੰਨਵਾਦ